ਦੋਸਤੋ ਕਿੱਦਾਂ ਹਾਲ ਚਾਲ ਆ ਦੋਸਤੋ? ਅੱਜ ਤੁਹਾਡੀ ਮੁਲਾਕਾਤ ਅਜ਼ਮਤ ਨੇ, ਵੀਰਾ ਆਪਣਾ ਛੋਟਾ, ਅਤੇ ਇਹਨਾਂ ਨਾਲ ਕਰਾਉਣ ਲੱਗੇ ਹਾਂ। ਅਤੇ ਜੁੰਮੇ ਦਾ ਜਿਹੜਾ ਦਿਨ ਆ ਉਹ ਇਨਸ਼ਾਅੱਲਾ ਇਸੇ ਤਰ੍ਹਾਂ ਹੀ ਅੱਗੇ ਤੋਂ ਤੁਹਾਡੀਆਂ ਮੁਲਾਕਾਤਾਂ ਸਤਾਦਾ ਨਾਲ ਕਰਾਉਂਦੇ ਸੀ, ਹੁਣ ਇਨਸ਼ਾਅੱਲਾ ਜੁੰਮੇ ਵਾਲੇ ਦਿਨ ਕੋਈ ਐਸਾ ਜਿਹੜਾ ਨਵਾਂ ਚਿਹਰਾ ਆ, ਕੋਈ ਨਵਾਂ ਬੱਚਾ ਆ, ਉਹ ਇਨਸ਼ਾਅੱਲਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਜੁੰਮੇ ਦਾ ਜਿਹੜਾ ਯਾਨੀ ਕਿ ਇਸ ਹਿਸਾਬ ਨਾਲ ਤਰਤੀਬ ਬਣਾਈ ਹੈ ਕਿ ਜੁੰਮੇ ਵਾਲੇ ਦਿਨ ਜਿਹੜਾ ਵੀ ਕੋਈ ਨਾ ਕੋਈ ਨਵਾਂ ਯਾਰ ਬਿੱਲੀ, ਨਵਾਂ ਬੱਚਾ ਛੋਟਾ ਜਿਹੜਾ ਜਿਹਨੇ ਸ਼ੁਰੂ ਕੀਤਾ, ਉਹ ਉਹਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਅਤੇ ਦੋਸਤੋ ਅਜ਼ਮਤ ਨੇ ਇਹਨਾਂ ਦੇ ਕਬੂਤਰ ਚੈੱਕ ਕਰਾਉਂਦੇ ਹਾਂ, ਇਹ ਪਹਿਲਾਂ ਤੁਹਾਨੂੰ ਬਰੀਡਰ ਚੈੱਕ ਕਰਾਵਾਂਗੇ, ਉਸ ਤੋਂ ਬਾਅਦ ਪੱਠੇ ਚੈੱਕ ਕਰਾਵਾਂਗੇ, ਇਹਦਾ ਪੱਲੂ ਚੈੱਕ ਕਰੋ ਅਤੇ ਇਹ ਪੱਲੂ ਚੈੱਕ ਕਰੋ ਜ਼ਰਾ, ਰਾਖ ਚੈੱਕ ਕਰੋ, ਦਰਖ ਚੈੱਕ ਕਰੋ, ਹਾਈ ਫਲਾਇਰ ਆ ਇਹ, ਅਤੇ ਇਹਦੇ ਨਾਲ ਮਾਦੀ ਹੈ ਇੱਕ, ਮਾਦੀ ਵੀ ਖੱਟੀਆਂ ਦੀ ਹੈ, ਕਾਲੀ ਨੋਕ ਆ ਅਤੇ ਪੰਜੇ ਵਿੱਚ ਵੀ ਕਾਲੇ ਕਾਲੇ ਸ਼ੇਡ ਆ। ਅਤੇ ਉਸ ਤੋਂ ਬਾਅਦ ਆਹ ਆ ਵੀ ਇਹ ਵੀ ਗੋਲੀ ਹੈ, ਗੋਲੀ ਕੀਤਾ ਹੋਇਆ, ਅੱਖ ਆ ਇਹਦੀ, ਇਹ ਅੱਖ ਆ, ਇਹ ਨਾਰਿਆ ਕੱਟਿਆ ਹੋਇਆ ਸੀਗਾ ਮੇਰਾ ਖਿਆਲ, ਅਤੇ ਹੁਣ ਪੁੱਟੇ ਪੁੱਟੇ ਆ ਪਾਈ ਨੇ, ਅਤੇ ਆ ਇਹਦੇ ਨਾਲ ਮਰਦੀ ਆ, ਇਹ ਵੀ ਗੋਲੀ ਆ ਚਿੱਟੀਆਂ ਅੱਖਾਂ ਦੀ। ਇਹ ਜੋੜਾ ਧਿਆਨ ਚੈੱਕ ਕਰਾਇਆ, ਲੋ ਫਲਾਇਰ ਆ। ਅਤੇ ਦੋਸਤੋ ਇੱਕ ਇਹਦੀ ਤੁਹਾਨੂੰ ਅੱਖ ਚੈੱਕ ਕਰਾਉਣ ਲੱਗਿਆ, ਬਿਲਕੁਲ ਕਲੋਜ਼, ਇਹਦਾ ਕਲੋਜ਼ ਚੈੱਕ ਕਰਾ, ਅੱਖ ਬਿਲਕੁਲ ਕਲੋਜ਼, ਇਹਦਾ ਅੱਖ ਚੈੱਕ ਕਰੋ, ਟੁੱਕਾਂ ਵਾਲੀ ਅੱਖ ਆ, ਦੇਖੋ ਨਾ ਟੁੱਕ ਜਿਹੜਾ ਬਿਲਕੁਲ ਥੱਲੇ ਆ, ਦੇਖੋ ਇਹ। ਦੋਸਤੋ ਇੱਕ ਹੋਰ ਜੋੜਾ ਆ, ਇਹ ਵੀ ਲੋ ਫਲਾਇਰ ਆ, ਕਾਲੀ ਅੱਖ ਦਾ ਆ, ਇਹ ਵੀ ਬਰੀਡਰ ਜੋੜਾ ਆ, ਇਹ ਵੀ ਚਿੱਟੀ ਨੂੰ ਹੋ ਗਿਆ, ਅਤੇ ਚਿੱਟੇ ਹੀ ਪੰਜਿਆਂ ਦਾ ਆ, ਅਤੇ ਇਹਦੇ ਨਾਲ ਮਾਦੀ ਆ ਇੱਕ। ਅਤੇ ਪਹਿਲੇ ਜਿਹੜੇ ਤੁਹਾਨੂੰ ਚੈੱਕ ਕਰਾ ਰਹੇ ਹਾਂ ਇਹ ਬਰੀਡਰ ਆ, ਅਤੇ ਚੈੱਕ ਕਰੋ ਇਹਦਾ ਤੇਲ ਅੰਦਰਲਾ ਬਰੀਕ ਆ ਬਿਲਕੁਲ, ਅਤੇ ਪੰਜੇ ਚੈੱਕ ਕਰੋ ਇਹਦੇ, ਚਿੱਟੀ ਚੁੰਝਦੀ ਆ ਇਹ ਨਾਰਿਆ ਇਹਦੇ ਨਾਲ, ਇਹ ਵੀ ਬਰੀਡਰ ਆ, ਖੱਟੀਆਂ ਅੱਖਾਂ ਦਾ ਇਹ ਵੀ, ਇਹਦਾ ਵੀ ਜ਼ਰਾ ਅੰਦਰਲਾ ਤੇਲ ਚੈੱਕ ਕਰਨਾ ਜਿਹੜਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਬਰੀਕ ਹੋਣਾ ਚਾਹੀਦਾ ਹੈ। ਵੀ ਇੱਕ ਜੋੜਾ ਆ, ਮਾਦੀ ਆ, ਇਹ ਮਾਦੀ ਆ, ਇਹ ਵੀ ਇੱਕ ਮਾਦੀ ਆ, ਵੀ ਜਰਾ ਚੈੱਕ ਕਰੋ, ਇਹ ਕੱਟੇ ਹੋਏ ਨੇ ਇਸ ਕਰਕੇ ਮੈਂ ਪੱਲੂ ਨਹੀਂ ਚੈੱਕ ਕਰਾ ਰਿਹਾ, ਬਰੀਡਰ ਜੋੜੇ ਨੇ, ਪੰਜੇ ਵੀ ਚੈੱਕ ਕਰੋ, ਜੋ ਜਾਣਦਾ ਲੱਟ ਕਬੂਤਰ ਦੇਣ ਲੱਗੇ ਨੇ, ਨੈੱਟ ਤੇ ਚੜਾਉਂਦੇ ਨੇ। ਇਹ ਵੀ ਇੱਕ ਬ੍ਰੇਕ ਲਾਈਨ, ਆਹ ਵੀ ਆ ਇੱਕ ਨਾਰਿਆ, ਇਹਦਾ ਕਲੋਜ਼ ਵੀ ਚੈੱਕ ਕਰੋ ਅੰਦਰ ਵਾਲਾ ਤੇਲ, ਇਹ ਤੁਹਾਨੂੰ ਮੈਂ ਕਹਿੰਦਾ ਹੁੰਦਾ, ਆਹ ਵੀ ਇੱਥੇ ਵੀ ਮੈਂ ਦੱਸ ਰਿਹਾ ਕਿ ਬਰੀਕ ਹੋਣਾ ਚਾਹੀਦਾ ਆ। ਆਹ ਵੀ ਇੱਕ ਜੋੜਾ ਆ ਕਾਬਜ਼ਰਿਆਂ ਦਾ, ਅਤੇ ਕਸੂਰੀ ਅਤੇ ਇਹ ਵੀ ਅੱਖ ਜ਼ਰਾ ਚੈੱਕ ਕਰੋ, ਪੱਲੂ ਵੀ ਇਹਦਾ ਪਰਫਾਈ ਨਹੀਂ ਹੋਈ, ਪੱਲੂ ਵੀ ਇਹਦੇ ਖਰਾਬ ਨੇ, ਟੁੱਟੇ ਹੋਏ ਨੇ ਪੱਲੂ, ਗਰਮੀ ਬਹੁਤ ਹੈ ਇਸ ਕਰਕੇ ਹੌਲੀ ਹੌਲੀ ਅੱਜ ਆਵਾਜ਼ ਵੀ ਹੌਲੀ ਹੌਲੀ ਨਿਕਲ ਰਹੀ ਹੈ। ਕਾਲੇ ਪੰਜੇ ਆ ਅਤੇ ਕਾਲੀ ਨੂੰ ਹੋ ਗਿਆ, ਅਤੇ ਇਹਦੇ ਨਾਲ ਆਹ ਮਾਦੀ ਆ, ਉਹਨੇ
ਹਾਂ ਬਾਈ ਇੱਕ ਨੀਲੀਆਂ ਚੋਂ ਇਹ ਰਸ ਚੈੱਕ ਕਰੋ, ਕਾਲੀ ਨੋਕ ਦਾ ਆ ਅਤੇ ਕਾਲੇ ਪੰਜੇ ਨਾਲ ਕੱਟਿਆ ਹੋਇਆ ਅਤੇ ਇਹ ਵੀ ਇਹਦੀ ਵੀ ਬੜੀ ਚੰਗੀ ਪਰਵਾਜ਼ ਆ, ਦੇਖਿਆ ਮੈਂ ਉੱਡਦਾ ਇਹ ਬੱਚੇ ਅਤੇ ਇਹਦੇ ਨਾਲ ਮਾਦੀ ਆਹ ਪਾਈ ਆ, ਹੁਣ ਮਾਦੀ ਇਹਦੇ ਨਾਲ ਦੀ ਇੱਕ ਸੀ ਉਹ ਭੱਜ ਗਈ ਸੀਗੀ ਅਤੇ ਮਾਦੀ ਇਹਦੇ ਨਾਲ ਆਹ ਪਾਈ ਆ ਹੁਣ ਬਾਈ ਇਹੀ ਪਾਈ ਮਾਦੀ ਬੰਦਾ ਬਾਈ ਸਾਡਾ ਕੈਮਰੇ ਤੋਂ ਜ਼ਰਾ ਸ਼ਰਮਾਉਂਦਾ ਆ, ਬੋਲਦਾ ਘੱਟ ਹੀ ਆ, ਟੈਂਸ਼ਨ ਨਹੀਂ ਲੈਣੀ ਇਹਦੀ। ਹਾਂ ਬਾਈ ਇੱਕ ਮਾਦੀ ਆਹ ਚੂਹਿਆਂ ਚੋਂ ਆ ਅਤੇ ਦੇਖਿਓ ਮੰਮੀ ਜੇ ਪੰਜੇ ਆ ਇਹਦੇ ਅਤੇ ਮੰਮੀ ਜੇ ਨੋਕ ਆ ਇਹਦੀ ਪੱਲੇ ਦਾ, ਇਹ ਪੱਲਿਆਂ ਦੀ ਆ, ਇਹ ਪੱਲੇ ਪੂਰੇ ਨਹੀਂ ਕੀਤੇ ਇਹਨੇ। ਕਹਾਇਆ ਮਾਦੀ ਆ ਇਹਦੀ ਵੀ ਪਰਪਟਾਈ ਹੋਈ ਸੀ ਅਤੇ ਇਹ ਆਖਿਆ ਇਹਦੀ ਹਾਂ ਬਾਈ ਦੇ ਕਬੂਤਰ ਤੁਸੀਂ ਦੇਖ ਲਿਆ ਅਤੇ ਬਾਈ ਨੇ ਦੋ ਚਾਰ ਮੈਂ ਕਿਹਾ ਗੱਲਾਂ ਬਾਤਾਂ ਵੀ ਕਰ ਲਈਏ, ਬਾਈ ਅੱਗੇ ਵੀਡੀਓ 'ਚ ਤਾਂ ਬੋਲਿਆ ਨਹੀਂ ਗਾ, ਬਾਈ ਸ਼ਰਮਾਉਂਦਾ। ਅਤੇ ਬਾਈ ਕੀ ਨਾਂ ਆਪਣੇ ਉਸਤਾਦ ਦਾ? ਹਾਸਲਪੁਰ ਦੇ ਬਾਈ ਦੇ ਸਾਰ ਨੇ ਸੀਮ ਉਹਨਾਂ ਦਾ ਨਾਮ ਤੇ ਕਿੰਨੀ ਦੇਰ ਹੋ ਗਈ ਆਪਣੇ ਸ਼ੌਕ ਕਰਦੇ ਹਾਂ? ਢਾਈ ਕੁ ਸਾਲ ਹੋ ਗਿਆ, 3 ਸਾਲ ਬਾਈ ਨੂੰ ਕਬੂਤਰ ਰੱਖਿਆ ਨੂੰ ਅਤੇ ਮਾਸ਼ਾਲਾ ਹੁਣ ਜਾ ਰਹੇ ਨੇ ਉੱਪਰ ਦੀ ਤਰਫ, ਕੋਈ ਨਹੀਂ ਇਨਸ਼ਾਲਾ ਹੋ ਜਾਣਗੇ। ਅਤੇ ਮੇਰੀ ਆ ਕੇ ਵੀਡੀਓ ਪਸੰਦ ਆਈ ਹੋਏਗੀ ਤੁਹਾਨੂੰ ਅਤੇ ਇੱਦਾਂ ਦੇਖਦੇ ਰਹੋ ਅਤੇ ਦੱਸਿਓ ਲਾਈਕ ਕਰਕੇ ਕਿੱਦਾਂ ਲੱਗੇ ਬਾਈ ਦੇ ਕਬੂਤਰ, ਅਤੇ ਨਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਅਤੇ ਗਰਮੀ ਬਹੁਤ ਆ ਅਤੇ ਠੀਕ ਹੈ, ਅੱਲਾ ਹਾਫਿਜ਼ ਸਰ।